ਮਾਸ਼ਾਅੱਲਾ ਜੀ, ਥਣ ਵੀ ਚੈੱਕ ਕਰਾਨੇ ਆ ਤੇ ਜਿਹੜਾ ਲਿਬਾਸ ਕੀਤਾ ਦੋਸਤਾਂ ਉਹ ਵੀ ਚੈੱਕ ਕਰਨਾ। ਸੁਬਾ ਦੂਸਰਾ ਵੇ ਤੇ ਕਿਦੋਂ ਦੀ ਸੂਈ ਹੈ ਰਾਣਾ ਸਾਹਿਬ? ਇੱਥੇ ਖਿਲਾ ਰਿਹਾ ਰਾਣਾ ਸਾਹਿਬ, ਜਰਾ ਲੰਮੀ ਕਰਕੇ ਖਿਲਾ ਰਿਹਾ। ਸਲਾਮ ਦੇਣਾ ਚਾਹੁੰਦੇ ਦੋਸਤਾਂ ਨੂੰ? ਜੀ ਅਸਲਾਮ ਅਲੈਕੁਮ। ਜੀ ਵਾਲੇਕੁਮ ਸਲਾਮ। ਇਹ ਮੇਰੇ ਪਾਪਾ ਕੀ ਬਹਾਦਰੀ ਹੈ ਕਿ ਬਿਮਾਰ ਹੋਣੇ ਕੇ ਬਾਵਜੂਦ ਵੀ ਕੰਮ ਕਰਤੇ ਹੈ, ਹਮਾਰੇ ਲਈ ਰੋਜ਼ੀ ਕਮਾਤੇ ਹੈ। ਜੀ ਦੁਆ ਕੀਆ ਕਰੇ ਮੇਰੇ ਪਾਪਾ ਕੇ ਸੇਹਤ ਕੀ ਹਾਲ ਕਰੇ। ਮਾਸ਼ਾਅੱਲਾ, ਬਹੁਤ ਸ਼ੁਕਰੀਆ ਭਾਈ ਹਮਦ। ਅਸਲਾਮੁ ਅਲੈਕੁਮ ਸਜਣਾ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜਿਤਵਾਰ ਦਾ ਤੇ ਇਸ ਟਾਈਮ ਸਿਆਲਕੋਟ ਦੇ ਨਾਮਵਰ ਤੇ ਬੱਬਰ ਸ਼ੇਰ ਵਪਾਰੀ ਰਾਣਾ ਵਕਾਰ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ, ਰਾਣਾ ਸਾਹਿਬ ਇੱਕ ਦਫਾ ਫੇਰ ਆ ਗਏ ਨੇ ਤੇ ਛਾ ਗਏ ਨੇ ਮਿਹਨਤ ਕਰਕੇ ਦੋਸਤਾਂ ਵਾਸਤੇ। ਅੱਜ ਦੀ ਇਸ ਵੀਡੀਓ 'ਚ ਇੱਕ ਦੋ ਤਿੰਨ ਚਾਰ ਨਹੀਂ ਬਲਕਿ 11 ਖੂਬਸੂਰਤ ਅਸਲੀ ਤੇ ਨਸਲੀ ਮੁਨਾਸਬ ਕੀਮਤ ਵਾਲੇ ਜਾਨਵਰ ਲੈ ਕੇ ਆਏ ਨੇ, ਜਿਨ੍ਹਾਂ 'ਚ ਮਾਸ਼ਾਅੱਲਾ ਜੀ 9 ਖੂਬਸੂਰਤ ਝੋਟੀਆਂ, ਜਿਨ੍ਹਾਂ 'ਚ 2 ਖਾਂਗੜ ਝੋਟੀਆਂ ਵੀ ਮੌਜੂਦ ਨੇ। ਇਸ ਤੋਂ ਇਲਾਵਾ 2 ਖੂਬਸੂਰਤ ਟਾਪ ਕਲਾਸ ਗਾਵਾਂ ਵੀ ਲੈ ਕੇ ਆਏ ਨੇ, ਜਿਨ੍ਹਾਂ 'ਚ ਮਾਸ਼ਾਅੱਲਾ ਜੀ 15 ਕਿਲੋ ਦੁੱਧ ਵਾਲੀ ਗਾਂ ਵੀ ਮੌਜੂਦ ਹੈ। ਕਮ ਅਜ਼ ਕਮ ਕੀਮਤ ਹੈ ਜੀ 1,90,000। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਿਲਾਉਣ ਕਰਨੇ ਆ। ਰਾਣਾ ਸਾਹਿਬ ਇੱਥੇ ਜਾਓ ਜੀ, ਜ਼ਰਾ ਤੋਹਫੇ ਦੇ ਸਾਹਮਣੇ ਆਇਓ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਜੀ। ਰਾਣਾ ਸਾਹਿਬ ਕੀ ਹਾਲ ਹੈ, ਠੀਕ ਹੋ ਜੀ? ਫਰਾਜ਼ ਭਾਈ, ਅੱਲਾਹ ਪਾਕ ਦਾ ਬੜਾ ਸ਼ੁਕਰ ਦਵਾਂ ਤੁਹਾਡੀਆਂ, ਅੱਲਾਹ ਪਾਕ ਦੀ ਬੜੀ ਰਹਿਮਤ ਨਾਲ। ਸਿਹਤ ਠੀਕ ਹੈ ਮਾਸ਼ਾਅੱਲਾ? ਹੁਣ ਸਿਹਤ ਉਹਦੀ ਜ਼ਿਆਦਾ ਲੱਖ ਵਾਰੀ ਸ਼ੁਕਰ ਹੈ, ਕਰੋੜ ਵਾਰੀ ਸ਼ੁਕਰ ਹੈ, ਬਹੁਤ ਬਿਹਤਰ ਆ, ਅੱਲਾਹ ਪਾਕ ਦਾ ਕਰਮ ਹੈ, ਉਹਦੀ ਜ਼ਿਆਦਾ ਸ਼ੁਕਰ ਹੈ। ਅੱਲਾਹ ਜ਼ਾ ਸਿਹਤ ਦੇ ਰਾਣਾ ਸਾਹਿਬ। ਆਲਰੇਡੀ ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਮਾਸ਼ਾਅੱਲਾ ਜੀ, ਸ਼ੌਕ ਅੱਛਾ ਕਰਾਉਂਦੇ ਹੋ, ਰੇਟ ਮੁਨਾਸਬ ਹੁੰਦੇ ਨੇ ਦੋਸਤਾਂ ਨੂੰ। ਫਿਰ ਆਪਣਾ ਅਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਡੇਰਾ ਫਰਾਜ਼ ਸਾਹਿਬ ਮੇਰਾ ਸਿਆਲਕੋਟ ਲਾਰੀ ਅੱਡੇ ਤੋਂ ਬਰਾਮਦੀ ਬੋਰਡ ਗੋਦਪੁਰ ਚੌਂਕ, ਏਅਰਪੋਰਟ ਰੋਡ ਵੀ ਉਹਨਾਂ ਆਉਂਦੇ ਨੇ, ਅਤੇ ਗੋਦਪੁਰ ਚੌਂਕ ਤੋਂ ਅੱਗੇ ਕਪੂਰ ਵਾਲੀ ਸਾਡਾ ਪਿੰਡ ਹੈ, ਉੱਥੇ ਬੈਂਕ ਵਾਲਾ ਫਲਾਇਆ ਅਤੇ ਬੱਚਿਆਂ ਦਾ ਪ੍ਰਾਇਮਰੀ ਸਕੂਲ ਹੈ, ਉਹਦੇ ਵਿੱਚੋਂ ਰਸਤਾ ਨਿਕਲਦਾ, ਨਾਲ ਹੀ ਮੇਰਾ ਡੇਰਾ। ਉਸ ਪਾਸੇ ਗੁਜਰਾਤ ਵਾਲੇ ਪਾਸੇ ਸ਼ਬਾਦਪੁਰ ਵਾਲਾ ਪੁੱਲ ਅਤੇ ਬੰਗਲਾ ਚੌਂਕ, ਉੱਥੋਂ ਵੀ ਤਕਰੀਬਨ 4 ਕਿਲੋਮੀਟਰ ਜਿਹੜਾ ਆਪਣਾ ਕਪੂਰ ਵਾਲੀ ਪਿੰਡ ਹੈ ਸਾਡਾ, ਅਤੇ ਬੱਚਿਆਂ ਦਾ ਸਕੂਲ ਅਤੇ ਬੈਂਕ ਅਲਫਲਾ, ਉਹਦੇ ਵਿੱਚੋਂ ਰਸਾ ਨਿਕਲਦਾ। ਬਾਕੀ ਭਾਈ ਨੰਬਰ ਮੇਰੇ ਕੋਲ ਹੈ ਨਾ ਭਾਈ, ਠੀਕ ਹੈ, ਇਸ ਭਾਈ ਨੇ ਆਉਣਾ ਨੰਬਰ 'ਤੇ ਰਾਬਤਾ ਕਰ ਲਿਆ। ਫਰਾਜ਼ ਸਾਹਿਬ, ਬਹਾਦਰ ਵਾਲੀ ਕਿਹੜੀ ਗੱਲ ਇਹਦੇ 'ਚ, ਇਹ ਉਹਦਾ ਕਰਮ ਹੈ, ਉਹਦੀ ਜ਼ਿਆਦਾ ਸ਼ੁਕਰ ਹੈ, ਠੀਕ ਹੈ। ਮੇਰੇ ਵਰਗਾ ਕਿਸੇ ਹੋਰ ਬੰਦੇ ਨੂੰ ਜਿਹੜਾ ਮਸਲਾ ਮੈਨੂੰ ਕਿਸੇ ਹੋਰ ਨੂੰ ਬਣਿਆ ਹੋਏ ਨਾ, ਅਤੇ ਯਕੀਨ ਜਦੋਂ 4-5 ਦਿਨ ਉੱਠੇ, ਠੀਕ ਹੈ, ਲੇਕਿਨ ਕੀ ਹੈ ਕਿ ਬੱਚਿਆਂ ਵਾਸਤੇ ਕਰਨਾ ਪੈਂਦਾ, ਠੀਕ ਹੈ। ਅਤੇ ਮਕਸਦ ਇਹ ਵੀ ਫਰਾਜ਼ ਸਾਹਿਬ ਕਿ ਅੱਲਾਹ ਨੇ ਸਿਹਤ ਦਿੱਤੀ, ਉਹ ਚੱਲਦਾ ਫਿਰਨਾ, ਅਤੇ 20 ਨਵੰਬਰ ਨੂੰ ਫਿਰ ਆਪਰੇਸ਼ਨ ਆ ਗਿਆ, ਠੀਕ ਹੈ। ਚਲੋ ਜੋ ਉਸ ਮਾਲਕ ਨੂੰ ਮਨਜ਼ੂਰ, ਠੀਕ ਹੈ, ਜਿੰਨੇ ਦਿਨ ਸਾਹ ਆਇਆ ਨੇ ਚੱਲਦੇ ਰਹਿਣ ਦੇ, ਠੀਕ ਹੈ ਜੀ। 20 ਤਰੀਕ ਨੂੰ ਫਿਰ ਸ਼ਬਦ ਖਾਨ ਜੀ ਆਪਰੇਸ਼ਨ ਹੈ ਮੇਰਾ, ਅਤੇ ਕੋਈ ਨਹੀਂ, ਅੱਲਾਹ ਪਾਕ ਨੇ ਜਿੱਥੇ ਅੱਗੇ ਇੰਨੀ ਆਪਰੇਸ਼ਨ ਕੀਤੇ ਨੇ, ਅਤੇ ਇਨਸ਼ਾਅੱਲਾ ਉਹਦੇ ਘਰ ਦੀ ਉਮੀਦ ਹੈ ਕਿ ਇਹ ਵੀ ਆਪਰੇਸ਼ਨ ਕਾਮਯਾਬ ਹੋਏਗਾ। ਅਤੇ ਬਾਕੀ ਫਰਾਜ਼ ਸਾਹਿਬ, ਮਾਲ ਮੇਰਾ ਇਨਸ਼ਾਅੱਲਾ ਤਾਰੀਫ ਉਸ ਮਾਲਕ ਦੀ ਹੈ, ਕੋਈ ਮਾਲ ਦੀ ਤਾਰੀਫ ਨਹੀਂ ਹੈ, ਅੱਲਾਹ ਨੇ ਬਣਾਇਆ, ਠੀਕ ਹੈ, ਅਤੇ ਆਪਣੇ ਲਈ ਤਾਂ ਅੱਛਾ ਕਰਕੇ ਲਿਆ ਕੇ ਆਏ ਹਾਂ, ਅਤੇ ਜਿਸ ਭਾਈ ਨੂੰ ਪਸੰਦ ਆਏ 100 ਬਿਸਮਿਲ੍ਹਾ, ਜਿਹਨੂੰ ਨਹੀਂ ਪਸੰਦ ਆਏ ਕੋਈ ਮਸਲਾ ਨਹੀਂ, ਕੋਈ ਮੇਰੇ ਮਾਲ ਦੀ ਤਸੱਲੀ ਕਰਾਓ। ਅਤੇ ਰਾਣਾ ਸਾਹਿਬ, ਰੇਟ ਵੀ ਅੱਜ ਮੁਨਾਸਬ ਹੀ ਨੇ? ਫਰਾਜ਼ ਸਾਹਿਬ ਵੇਖੋ, ਗੱਲ ਹੈ ਵੇ ਕਿ ਰੇਟ ਮੇਰੇ ਇਨਸ਼ਾਅੱਲਾ ਅੱਗੇ ਵੀ ਮੁਨਾਸਬ ਹੁੰਦੇ ਨੇ, ਠੀਕ ਹੈ। ਮੈਂ ਨਾ ਪੂਰੇ ਪਾਕਿਸਤਾਨ, ਪੂਰੇ ਪੰਜਾਬ, ਪੂਰੇ ਪਾਕਿਸਤਾਨ 'ਚ ਮੇਰੇ ਵਰਗਾ ਕਿਸੇ ਦਾ ਰੇਟ ਹੈ ਤਾਂ ਮੈਂ ਉਹਨੂੰ ਚੈਲੰਜ ਕਰਦਾ, ਠੀਕ ਹੈ। ਅਸੀਂ ਨਹੀਂ ਜੇ ਕੋਈ 50-50 ਹਜ਼ਾਰ ਦਫਾ ਸਾਨੂੰ 50-50 ਹਜ਼ਾਰ ਵੀ ਲੱਭੇ ਨਾ, ਅੱਲਾਹ ਸਬੂਤ ਕਰ ਛੱਡੇ। ਅੱਜ ਮਾਲ ਵੇਖੋ ਅਤੇ ਰੇਟ ਵੇਖ ਲਓ, ਤੁਹਾਨੂੰ ਖੁਦ ਪਤਾ ਚੱਲ ਜਾਏਗਾ।
ਜੀ ਜ਼ਿੰਦਾਬਾਦ ਰਾਣਾ ਸਾਹਿਬ। ਆਓ ਜੀ ਆਰਫ ਸਾਹਿਬ ਲਿਆਓ ਮਾਸ਼ਾਅੱਲਾ ਜੀ। ਟੋਟਲ 11 ਜਾਨਵਰ ਨੇ, 2 ਗਾਵਾਂ ਵੀ ਨੇ। ਇਹ ਗਾਵਾਂ ਤੋਂ ਸ਼ੁਰੂ ਕਰ ਲਓ, ਝੋਟੀਆਂ 2 ਖਾਂਗੜ ਵੀ ਨੇ ਦੋਸਤਾਂ ਨੂੰ ਵੀ ਚੈੱਕ ਕਰਾਵਾਂ ਦੇ। ਇੱਥੇ ਖਿਲਾ ਰਿਹਾ ਆਰਫ ਸਾਹਿਬ, ਜ਼ਰਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਚੰਗੀ ਕਾਦਾ ਵਰੇ ਹਾਈਟ ਦੋਸਤਾਂ ਵੇਖਣੀ ਹੈ। ਜ਼ਰਾ ਥੋੜ੍ਹੀ ਜਿਹੀ ਪਿੱਛੇ ਕਰਿਓ ਕੈਮਰੇ 'ਚ, ਜ਼ਰਾ ਮੁਕੰਮਲ ਨਜ਼ਰ ਆਏ, ਕਾਫੀ ਪਿੱਛੇ ਹੋਇਆ ਤਾਂ ਕਿ ਕੈਮਰੇ 'ਚ ਮੁਕੰਮਲ ਨਜ਼ਰ ਆਈਏ। ਹੈ ਵੀ ਝੁੰਗੀ ਹੈ, ਚਿਹਰਾ ਵੀ ਦੋਸਤਾਂ ਵੇਖ ਰਿਹਾ। ਰਾਣਾ ਸਾਹਿਬ ਸੁਬਾਹ ਕਿੰਨਵਾਂ ਸੂਈ ਹੈ ਜੀ? ਦੂਸਰਾ ਸੁਬਾਹ ਫਰਾਦ ਸਾਹਿਬ ਸੂਈ ਜੀ। ਸੁਬਾਹ ਦੂਸਰਾ ਸੂਈ ਹੈ, ਦਿਨ ਕਿੰਨੇ ਕੁ ਹੋ ਗਏ ਨੇ ਸੋਇਆ ਟੋਰਿਆ ਜੀ? ਇਹਨੂੰ ਚੌਥਾ ਦਿਨ ਜੀ ਫਰਾਦ ਸਾਹਿਬ। ਸੁਬਾਹ ਦੂਸਰਾ ਟੋਰਿਆ ਰਾਣਾ ਸਾਹਿਬ, ਲਓ ਚੱਕਰ ਜੀ। ਚੌਥਾ ਦਿਨ ਨੇ ਮਾਸ਼ਾਅੱਲਾ ਜੀ, ਬੋਲੇ ਉੱਤੇ ਵੀ ਲਿਬਾਸ ਵੀ ਦੋਸਤਾਂ ਵੇਖਣਾ। ਰਾਣਾ ਸਾਹਿਬ ਕਿੰਨਾ ਕੁ ਬੋਲਿਆ ਦੇ ਕੋਲ? ਫਰਾਦ ਸਾਹਿਬ ਮੇਰੇ ਕੋਲ 12 ਕਿਲੋ ਦੁੱਧ ਤੇ 10 ਕਿਲੋ ਦੀ ਗਰੰਟੀ ਹੋਏਗੀ। ਅੱਛਾ ਹਾਂਜੀ, ਇਹ 12 ਕਿਲੋ ਵੇ, 10 ਕਿਲੋ ਦੀ ਗਰੰਟੀ ਹੈ ਮਾਸ਼ਾਅੱਲਾ ਜੀ। ਰਵੇਲ ਕਾਫੀ ਹੈ, ਕੋਈ ਛੋਟਾ ਜਾਨਵਰ ਨਹੀਂ ਮਾਸ਼ਾਅੱਲਾ ਜੀ। ਸੁਬਾਹ ਦੂਸਰਾ ਵੇ, ਕਾਦਾ ਬਾਰੇ ਕੀ ਨਸਲ ਹੈ ਰਾਣਾ ਸਾਹਿਬ ਦੀ? ਰਾਣਾ ਸਾਹਿਬ ਨਸਲ ਜਰਸੀ ਤੇ ਫਰੀਜ਼ੀਅਨ। ਟੋਰਿਓ ਆਰਫ ਸਾਹਿਬ, ਦੁੱਧ 12 ਕਿਲੋ ਵੇ, 10 ਕਿਲੋ ਦੀ ਗਰੰਟੀ ਹੈ। ਮਕਸਦ ਹੈ ਇਹ ਕਿਸੇ ਦੇ ਘਰ ਜਾ ਕੇ ਕੋਈ ਕਿਲੋ ਅੱਧਾ ਕਿਲੋ ਜ਼ਿਆਦਾ ਹੀ ਕਰੇ, ਅਤੇ ਨਸਲ ਜਰਸੀ ਤੇ ਫਰੀਜ਼ੀਅਨ ਕਰਾਸ। ਲਿਬਾਸ ਵੀ ਦੋਸਤਾਂ ਵੇਖ ਲੈਣਾ। ਦੂਸਰਾ ਰਾਣਾ ਸਾਹਿਬ, ਡੱਕਾ ਵਗੈਰਾ ਤੇ ਕੋਈ ਨਹੀਂ? ਸਾਹਿਬ ਕੋਈ ਡੱਕਾ ਨਹੀਂ। ਠੀਕ ਹੈ, ਲਿਬਾਸ ਹੁਣ ਵੀ ਚੰਗਾ ਮਾਸ਼ਾਅੱਲਾ, ਚੁਆਈ ਵੀ ਸੋਹਣੀ ਹੈ, ਧਾਰ ਵੀ ਸੋਹਣੀ ਹੈ, ਜੀ ਸਾਹੂ ਹੈ। ਠੀਕ ਹੈ ਜੀ, ਵੈੜੀ ਫਰਾਦ ਸਾਹਿਬ ਜਿਸ ਤਰ੍ਹਾਂ ਪਸੰਦ ਹੋਏ, ਠੀਕ ਹੈ। 2,90,000 ਖਿਲਾ ਰਿਹਾ ਸਾਹਿਬ। ਇੱਥੇ ਦਾ ਚਿਹਰਾ ਸਾਹਮਣੇ ਕਰਿਓ ਆ ਗਈ ਮਾਸ਼ਾਅੱਲਾ ਜੀ। ਨੰਬਰ 2 ਤੇ ਆ ਗਈ, ਚੰਗੀ ਖੂਬਸੂਰਤ ਨਸਲੀ ਚੀਜ਼ ਏ, ਅੱਖ ਮੋਟੀ ਏ, ਹੈ ਵੀ ਮੋਨੀ ਏ, ਚਿਹਰਾ ਦੋਸਤਾਂ ਵੇਖਣਾ, ਪ੍ਰਿੰਟ ਵੀ ਜ਼ਬਰਦਸਤ ਏ। ਟੋਰਿਓ ਜੀ ਆਰਫ ਸਾਹਿਬ, ਕਿੰਨਵਾਂ ਸੁਆ ਰਾਣਾ ਸਾਹਿਬ ਦਾ? ਫਰਾਦ ਸਾਹਿਬ ਦੂਸਰਾ ਸੁਆ ਵੈੜੀ ਜੇ। ਅੱਛਾ, ਚੰਗੀ ਖੂਬਸੂਰਤ ਨਸਲੀ ਚੀਜ਼ ਹੈ, ਜਸਾਮਤ ਮਾਸ਼ਾਅੱਲਾ ਜੀ, ਬੜੀ ਪਿਆਰੀ ਹੈ। ਥਾਣਾ ਦੀ ਵੰਡ ਵੀ ਦੋਸਤਾਂ ਵੇਖਣੀ ਹੈ। ਤੇ ਕਿੰਨਾ ਕੁ ਰਾਣਾ ਸਾਹਿਬ ਬੋਲਿਆ ਇਹਦੇ ਕੋਲ? ਫਰਾਦ ਸਾਹਿਬ ਇਹਦੇ ਕੋਲ ਸਾਰਾ ਬੋਲਾ ਚੁਗੀ। ਟੋਰਿਓ ਆਰਫ ਸਾਹਿਬ ਜ਼ਰਾ ਸਿੱਧੀ ਕਰੋ ਨਾ, ਪਿੱਛੇ ਨੀਵੀਂ ਜਗ੍ਹਾ ਤੇ ਹੋ ਗਈ। ਫਰਾਦ ਸਾਹਿਬ ਇਹਦੇ ਕੋਲ ਸਾਰਾ ਬੋਲਾ ਚੁਗੀ ਹੈ, ਤੇ ਬੋਲਾ ਬੰਦਾ ਇਹਦੇ ਥੱਲੇ 17-18 ਲੀਟਰ। ਅੱਛਾ, ਠੀਕ ਹੈ, ਲੇਕਿਨ ਅਸੀਂ ਗਰੰਟੀ ਦਾਂਗੇ ਇਹਦੀ 15 ਲੀਟਰ ਦੀ। ਠੀਕ ਹੈ, ਡੈਡੀ ਮੇਰੀ ਦੁੱਧ ਕਦੇ ਕਿਲਰ ਫਸਲ ਜ਼ਿਆਦਾ ਤਾਂ ਨਹੀਂ, ਅਸੀਂ ਕਹਿੰਦੇ 25 ਕਿਲੋ ਦਾ ਭਾਰ ਕੋਈ ਬੈੜੀ ਨੂੰ। ਜੀ ਬਿਹਤਰ ਹੋ ਗਿਆ, ਹੁਣ ਜੋ ਮੌਜੂਦਾ ਵੇ ਦੋਸਤਾਂ ਨੂੰ ਦੱਸਿਆ, ਗੂ ਉਮੀਦ ਛੇਦੀ ਹੈ, ਜੋ ਕਿਸੇ ਨੇ ਪਾਣਾ ਉਹੀ ਲੈਣਾ ਵੇ। 15 ਕਿਲੋ ਦੁੱਧ ਦੀ ਗਰੰਟੀ ਹੈ ਮਾਸ਼ਾਅੱਲਾ ਜੀ। ਚੰਗੀ ਕਾਦਾ ਬਾਰੇ, ਕ੍ਰਾਸ ਬਰੀਡ ਹੈ, ਕੋਈ ਹਲਕਾ ਜਿਹਾ ਵਿੱਚ ਚੋਲਸਤਾਨੀ ਹੈ, ਕੀ ਨਸਲ ਹੈ ਰਾਣਾ ਸਾਹਿਬ? ਰਾਣਾ ਸਾਹਿਬ ਤੁਸੀਂ ਤਾਂ ਛੜੇ ਜਿਹੜੀ ਨਸਲ ਹੈ ਜੀ? ਹਾਂਜੀ, ਇਹ ਮਾਸ਼ਾਅੱਲਾ ਜੀ ਚੋਲਸਤਾਨੀ ਦੇ ਵਿੱਚ ਟੱਚ ਇਹਨਾਂ ਜ਼ਿਆਦਾ ਮਾਸ਼ਾਅੱਲਾ ਵਿੱਚ ਜਰਸੀ ਕੋਈ ਲੱਗਦਾ ਪਿਆ, ਕਿਉਂਕਿ ਅੱਖ ਮੋਟੀ ਹੈ ਵੀ ਮੋਨੀ, ਰਵੇਲ ਕਾਫੀ ਹੈ, ਗਰਮੀ ਦਾ ਹੌਲ ਭਾਰ ਨਹੀਂ ਹੋਇਆ, ਜਿਹੜਾ ਦੁੱਧ ਹੈ ਉਹ ਫੈਟ ਵਾਲਾ ਗੜਾ ਇਨਸ਼ਾਅੱਲਾ ਹੋਇਆ। ਜਾ ਕੀ ਪਿੱਛੇ ਬੱਚਾ ਦੇ ਫਰਾਦ ਸਾਹਿਬ, ਬੱਚੇ ਦਾ ਨਾੜੂ ਵੀ ਹੈ, ਨਾੜੂ ਵੀ ਸਾਹਮਣੇ ਨਜ਼ਰ ਆਉਂਦਾ ਪਿਆ ਮਾਸ਼ਾਅੱਲਾ ਜੀ। ਚੌਥਾ ਦਿਨ ਜੇ ਬੈੜੀ ਨੂੰ ਸੋਇਆ ਤੇ ਬੈੜੀ ਦੇ ਫਰਾਦ ਸਾਹਿਬ ਥਾਣੇ ਖਾਓ ਮਾਸ਼ਾਅੱਲਾ ਜੀ। ਥਾਣਾ ਦੀ ਵੰਡ ਵੀ ਦੋਸਤਾਂ ਵੇਖਣੀ ਹੈ, ਪੰਜਾਂ ਦਾ ਥੜ ਜੇ ਜ਼ਬਰਦਸਤ ਹੋ ਗਿਆ ਮਾਸ਼ਾਅੱਲਾ ਜੀ। ਸੋਹਣੇ ਮੁੱਠੀ ਥਾਨੇ, ਨਾ ਬਹੁਤੇ ਵੱਡੇ ਨੇ ਨਾ ਛੋਟੇ ਨੇ, ਕਾਦਾਵਰ ਰਵੇਲ ਕਾਫੀ ਹੈ, ਨੰਬਰ ਆ ਗਈ ਹੈ 2 ਤੇ ਮਾਸ਼ਾਅੱਲਾ ਜੀ। 15 ਕਿਲੋ ਦੁੱਧ ਦੀ ਗਰੰਟੀ ਹੈ, ਤੇ ਇਹ ਲਿਬਾਸ ਦੋਸਤਾਂ ਫਿਰ ਵੇਖਣਾ ਮਾਸ਼ਾਅੱਲਾ ਜੀ। ਥਾਣ ਵੀ ਚੈੱਕ ਕਰਨੇ ਨੇ, ਸੋਹਣੇ ਮੁੱਠੀ ਥਾਨ ਲੱਗੇ ਨੇ, ਇਹ ਚੈੱਕ ਕਰੋ ਜੀ। ਜੀ ਰਾਣਾ ਸਾਹਿਬ, ਵੈੜ ਨੰਬਰ 2 ਦਾ ਰੇਟ? ਫਰਾਦ ਸਾਹਿਬ ਵੈੜ ਤੇ ਮੇਰੀ ਭਾਵੇਂ ਇਹਦਾ 4.5 ਲਾ ਲਓ ਤੇ ਭਾਵੇਂ 4 ਲਾ ਲਓ। ਅੱਛਾ, ਠੀਕ ਹੈ, ਕੰਮ ਮੁਨਾਸਬ ਵੀ ਹੋਏ ਤੇ ਉਹ ਹੀ ਠੀਕ ਹੈ, ਬਿਲਕੁਲ ਠੀਕ ਹੈ ਜੀ। 3,70,000 ਰੁਪਏ ਫਰਾਦ ਸਾਹਿਬ ਦੇ ਦਾਂਗੇ ਫਾਈਨਲ। 3,70,000 ਰੁਪਏ ਜੀ ਬਿਹਤਰ ਹੋ ਗਿਆ। ਨੰਬਰ 2 ਤੇ ਚੈੱਕ ਕਰਾਈਏ, ਅਸਲੀ ਤੇ ਨਸਲੀ ਚੀਜ਼ ਦੀ ਕੀਮਤ 3,70,000। ਮਜ਼ੀਦ ਜਿਹੜਾ ਦੋਸਤ ਰਾਬਤਾ ਕਰੇਗਾ, ਕੁਛ ਨਾ ਕੁਛ
ਪਿਆਰ ਮੁਹੱਬਤ ਕਮੀ ਬੇਸ਼ੀ ਇਨਸ਼ਾਅੱਲਾ ਹੋਈਏ ਜੀ। ਅੱਗੇ ਲਿਆਓ ਜੀ ਯਾਰੋ ਸਾਹਿਬ ਝੋਟੀ ਲਿਆਓ ਜੀ। 9 ਝੋਟੀਆਂ ਨੇ ਜਿਨ੍ਹਾਂ 'ਚ ਮਾਸ਼ਾਅੱਲਾ ਜੀ 2 ਖਾਂਗੜ ਵੀ ਆਏ ਨੇ। ਹਾਂ ਮੰਮੀ ਭਾਈ ਤੁਸੀਂ ਅੱਜ ਪੈਗਾਮ ਦੇਣਾ ਤਾਂ ਪੈਗਾਮ ਮੁੰਜ ਸਹੀ ਦੇਣਾ ਜੀ। ਆਓ ਜੀ ਐਂ ਚੈੱਕ ਕਰੋ ਮਾਸ਼ਾਅੱਲਾ ਜੀ ਝੋਟੀ ਨੰਬਰ 1 ਜੀ ਰਾਣਾ ਸਾਹਿਬ ਖਾਂਗੜ ਹੈ ਜੀ। ਜੀ ਰਾਣਾ ਸਾਹਿਬ ਖਾਂਗੜ ਜੇ। ਅੱਛਾ ਪਹਿਲਨ ਝੋਟੀ ਖਾਂਗੜ ਖੂਬਸੂਰਤ ਪਹਿਲਨ ਹੋ ਕੇ ਥਾਣੀ ਦੋਸਤਾਂ ਵੇਖਣੇ ਨੇ। ਦੁੱਧ 5 ਕਿਲੋ ਵੇ ਦੋਵਾਂ ਟਾਈਮਾਂ ਦਾ ਟੋਟਲ ਚੋਣਾ ਹੀ ਜਾਤ ਮਗਰ ਹੈ ਨਹੀਂ। ਤੇ ਰਾਣਾ ਸਾਹਿਬ ਚੁਆਈ ਕਿੰਜ ਕਰਦੇ ਹੋ ਜੀ? ਚੁਆਈ ਫਰਾ ਸਾਹਿਬ ਇਹ ਅੱਜ ਕਰਦੇ ਆ, ਇਹ ਇੱਥੇ ਬੈਠੇ ਆ ਠੀਕ ਹੈ, ਕੋਈ ਇਹਦੀ ਲਾਤੇ ਨੇ ਲਾਣੀ ਠੀਕ ਹੈ, ਤੇ ਇੱਥੇ ਬੈਠੇ ਪਸਮ ਜਾਣਾ ਜੀ। ਬਿਹਤਰ ਹੋ ਗਿਆ ਪਿਛਲੇ ਥਾਂ ਚ ਧਾਰਾ 5-7 ਘੱਟ ਜੇ। ਪਿਛਲੇ ਕਿਹੜਾ ਬਹਿਣੀ ਵਾਲਾ ਜਾਂ ਅਨਬਹਿਣੀ? ਨਹੀਂ ਬਹਿਣੀ ਵਾਲਾ ਥਾਂ ਪਾਸਾ ਜਿਹੜਾ। ਅੱਛਾ ਕਿੰਨੀਆਂ ਕੁ ਧਾਰਾ ਘੱਟ ਨੇ? ਧਾਰਾ 5-7 ਘੱਟ ਨੇ, ਥਾਣਾ ਪਸਮ ਦਾ ਧਾਰ ਆਉਂਦੀ ਹੈ, ਦੁੱਧ ਆਉਂਦਾ ਹੈ ਠੀਕ ਹੈ ਜੀ, ਤੇ ਧਾਰਾ 5-4 ਦਾ ਫਰਕ ਜੇ। ਹੁਣ ਰਾਣਾ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ 1.5-2 ਮਹੀਨੇ ਦੀ ਗੱਬਨ ਕਰਕੇ ਦੇਣੀ ਹੈ ਜੀ ਜੀ ਇਨਸ਼ਾਅੱਲਾ। ਜੀ ਬਿਹਤਰ ਹੋ ਗਿਆ। ਆਓ ਜੀ ਰਾਣਾ ਸਾਹਿਬ ਲਿਆਓ ਯਾਰਾ ਸਾਹਿਬ ਝੋਟੀ ਨੰਬਰ 1 ਦਾ ਰੇਟ ਲਾਓ ਜੀ। ਭਰਾ ਸਾਹਿਬ ਝੋਟੀ ਥੱਲੇ ਦੁੱਧ 6 ਕਿਲੋ, ਅਸੀਂ 5 ਕਿਲੋ ਗੱਡੀ ਦਾਂਗੇ। ਅੱਛਾ ਅੱਲਾ ਖੈਰ ਕਰੇ, ਜਿਸ ਭਰਾ ਜੀ ਨੇ ਲੈ ਜਾਣਾ ਨਾ ਉਹਨੇ ਬੜੇ ਫਾਇਦੇ ਦੇ ਕੁਛ ਸਟਾਲੇ ਨੇ, ਪੂਰੇ ਸਟਾਲੇ ਜਿੰਨੇ ਦੁੱਧ ਪਿਆ ਦੇਣਾ ਜੀ ਜੀ ਠੀਕ ਹੈ। ਉਸ ਤੋਂ ਬਾਅਦ ਇਹ ਵੇ ਕਿ ਇਹਨੇ ਖਰਚਾ ਆਪਣਾ ਪਿਆ ਤੋਰਨਾ, ਝੋਟੀ ਗੱਬਣ ਲੱਗੇ ਤੇ ਕੋਈ ਇਹਦੇ ਘਾਟੇ ਦਾ ਗੱਲ ਕੋਈ ਨਹੀਂ ਠੀਕ ਹੈ। 1,90,000 ਰੁਪਏ ਭਰਾ ਸਾਹਿਬ ਝੋਟੀ, 1,90,000 1.5-2 ਮਹੀਨੇ ਦੀ ਗੱਬਣ ਜੀ ਜੀ, ਦੁੱਧ 5 ਕਿਲੋ ਸੂਆ ਪਹਿਲਾਂ ਸੂਈ ਹੈ, ਕੀਮਤ 1,90,000 ਖੂਬਸੂਰਤ ਪਹਿਲਾਂ ਝੋਟੀ ਹੈ ਮਾਸ਼ਾਅੱਲਾ ਜੀ। ਅੱਗੇ ਲਿਆਓ ਜੀ ਨੰਬਰ 2 ਵਾਲੀ, ਅੱਗੇ ਆ ਗਈ ਨੰਬਰ 2 ਤੇ ਮਾਸ਼ਾਅੱਲਾ ਜੀ ਬਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ, ਇਹ ਵੀ ਖਾਂਗੜ ਹੈ ਜੀ। ਜੀ ਭਰਾ ਸਾਹਿਬ ਇਹ ਵੀ ਖਾਂਗੜ ਹੈ। ਤੋਰੋ ਆਰਾ ਸਾਹਿਬ ਲਿਬਾਸ ਚੰਗਾ ਕੀਤਾ, ਸੋਹਣੇ ਪਾਵਰਫੁਲ ਥਣ ਲੱਗੇ ਨੇ, ਥਣਾਂ ਦੀ ਵੰਡ ਵੀ ਪਿਆਰੀ ਹੈ। ਕੀ ਤਫਸੀਲ ਹੈ ਰਾਣਾ ਸਾਹਿਬ ਦੀ? ਰਾਣਾ ਸਾਹਿਬ ਦੁੱਧ ਇੱਕ 6 ਕਿਲੋ ਹੈ। ਅੱਛਾ ਜਿਹੜਾ ਮੁਕੰਮਲ ਮਜੂਦ ਹੈ ਪੂਰਾ, ਭਾਵੇਂ ਇਸਲੇ 8 ਕਿਲੋ ਕਹੀ ਤੇ ਭਾਵੇਂ 7 ਕਿਲੋ ਕਹੀ ਹੈ ਠੀਕ ਹੈ, ਦੋਵਾਂ ਟਾਈਮਾਂ ਦਾ ਟੋਟਲ 6 ਕਿਲੋ ਜੀ। 6 ਕਿਲੋ ਚੁਆਈ ਤੇ ਨਹੀਂ ਕਰਦੇ ਹੋ ਵੇ? ਚੁਆਈ ਰਾਣਾ ਸਾਹਿਬ ਪਹਾੜੇ ਤੇ ਮਿਲ ਜੀਦੇ ਠੀਕ ਹੈ, ਚੁਆਈ ਦੋਵੇਂ ਟਾਈਮ ਪਹਾੜੇ ਤੇ, ਦੁੱਧ 6 ਕਿਲੋ ਵੇ। ਸੁਆ ਕਿਨਵਾ ਸੂਈ ਹੈ ਰਾਣਾ ਸਾਹਿਬ? ਦੂਸਰਾ ਸੂਆ ਸੂਈ, ਸੁਆ ਦੂਸਰਾ ਸੂਈ ਹੈ, ਕ੍ਰਾਸ ਹੋਈ ਹੈ ਕਿ ਨਹੀਂ ਰਾਣਾ ਸਾਹਿਬ? ਕ੍ਰਾਸ ਹੋਈ ਹੈ ਡੇਢ ਦੀ। ਅੱਛਾ ਇਹਦੀ ਗਰੰਟੀ ਨਹੀਂ ਹੈ? ਗਰਾਸ ਹੋਈ ਹੈ ਉਹਦੀ ਤਸੱਲੀ ਹੈ, ਮਹੀਨਾ ਡੇਢ ਹੋ ਗਿਆ ਵੇ, ਲੇਕਿਨ ਅੱਗੋਂ ਗੱਬਨ ਨਿਕਲੇ ਜਾਂ ਨਾ ਨਿਕਲੇ ਅਧੀ ਗਰੰਟੀ ਰਾਣਾ ਸਾਹਿਬ ਦੀ ਹੈ ਨਹੀਂ। ਸੁਬਾ ਦੂਸਰਾ ਸੂਈ ਹੈ, ਦੁੱਧ 6 ਕਿਲੋ ਵੇ ਜੀ ਠੀਕ ਹੈ। ਵੱਡੀ ਜਸਾਮਾ ਤੇ ਕੋਈ ਛੋਟੀ ਝੋਟੀ ਨਹੀਂ ਮਾਸ਼ਾਅੱਲਾ ਜੀ, ਖੂਬਸੂਰਤ ਖਾਂਗੜ ਲਿਬਾਸ ਵੀ ਦੋਸਤਾਂ ਵੇਖ ਲੈਣਾ, ਨੰਬਰ ਆ ਗਈ 2 ਤੇ ਲਿਆ ਜੀ ਆਰਫ ਸਾਹਿਬ। ਅਗਲਾ ਜਾਨਵਰ ਕੋਸ਼ਿਸ਼ ਕਰੋ ਜ਼ਰਾ ਜਲਦੀ ਰੈਡੀ ਕਰਨ ਜੀ। ਰਾਣਾ ਸਾਹਿਬ ਝੋਟੀ ਨੰਬਰ 2 ਦਾ ਰੇਟ? ਭਰਾ ਸਾਹਿਬ ਰੇਟ ਇਹਦਾ ਪਰਸੋਂ ਕਸਾਈ ਆਇਆ ਸੀ ਤੇ 1,80,000 ਰੁਪਏ ਦਿੰਦਾ ਪਿਆ ਝੋਟੀ ਦਾ। ਅੱਛਾ ਯਾਨੀ ਗੋਸ਼ਤ ਦੇ ਹਿਸਾਬ ਨਾਲ ਵੀ 1,80,000 ਦੀ ਵੇਚਦੀ ਹੈ ਜੀ ਝੋਟੀ ਠੀਕ ਹੈ ਠੀਕ ਹੈ। ਜਿਸ ਭਰਾ ਨੂੰ ਪਸੰਦ ਹੋਏ ਭਰਾ ਸਾਹਿਬ ਪੂਰੇ 2,00,000 ਦੀ ਝੋਟੀ ਦੇ ਦਾਂਗੇ, ਪੂਰੇ 2,00,000 ਦੀ ਪੂਰੇ 2,00,000 ਝੋਟੀ ਜੀ। ਬਿਹਤਰ ਹੋ ਗਿਆ। ਨੰਬਰ 2 ਤੇ ਚੈੱਕ ਕਰਾਈਏ ਅਗਰ ਕਿਸੇ ਦੋਸਤ ਭਾਈ ਦੀ ਸਮਝ ਚ ਆਉਂਦੀ ਹੈ ਕੀਮਤ 2,00,000 ਜੀ ਜੀ। ਅੱਗੇ ਲਿਆਓ ਜੀ ਨੰਬਰ 3 ਵਾਲੀ ਮਾਸ਼ਾਅੱਲਾ ਜੀ, ਚਿਹਰਾ ਵੀ ਦੋਸਤਾਂ ਵੇਖਣਾ ਹੈ, ਖਾਂਗੜ ਦੁੱਧ 6 ਕਿਲੋ ਵੇ, ਮਹੀਨਾ ਡੇਢ ਹੋ ਗਿਆ, ਕ੍ਰਾਸ ਹੋਈ ਹੈ, ਲੇਕਿਨ ਉਸ ਚੀਜ਼ ਦੀ ਗਰੰਟੀ ਨਹੀਂ ਅੱਗੋਂ ਦੋਸਤਾਂ ਦੀ ਕਿਸਮਤ ਹੈ। ਅੱਗੇ ਮਾਸ਼ਾਅੱਲਾ ਜੀ ਨੰਬਰ ਆ ਗਈ ਹੈ 3 ਤੇ ਬਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਤ ਸੇਮ ਹੈ, ਕਾਦਾਵਰ ਰਵੇਲ ਕਾਫੀ ਹੈ ਜੀ। ਰਾਣਾ ਸਾਹਿਬ ਤਾਜ਼ੀ ਹੈ ਜੀ? ਜੀ ਫਰਾਜ਼ ਸਾਹਿਬ ਬਿਲਕੁਲ ਤਾਜ਼ੀ ਹੈ, 5ਵਾਂ ਦਿਨ ਜਿਸ ਹੋਇਆ। ਅੱਛਾ ਫੂਸ਼ਲ ਦੀ ਲੰਬਾਈ ਵੇਖਣੀ ਹੈ ਜੀ ਤੇ ਦੁੱਧ ਕਿੰਨਾ? 12 ਕਿਲੋ ਦੁੱਧ ਹੈ। ਸੁਬਾ ਕਿਨਵਾ ਸੂਈ ਹੈ? ਦੂਸਰਾ ਸੁਬਾ ਹੈ ਫਰਾਜ਼ ਸਾਹਿਬ। ਸੁਬਾ ਦੂਸਰਾ ਸੂਈ ਹੈ, ਚੰਗੀ ਖੂਬਸੂਰਤ ਨਸਲੀ ਚੀਜ਼ ਹੈ ਮਾਸ਼ਾਅੱਲਾ ਜੀ, ਚਿਹਰਾ ਵੀ ਦੋਸਤਾਂ ਵੇਖ ਲੈਣਾ ਜੀ ਜੀ। ਇਹ ਆਰਫ ਸਾਹਿਬ ਜਾਤ ਖੜੇ ਹੋ ਜ਼ਰਾ, ਦੁੱਧ ਕਿੰਨਾ ਦੱਸਿਆ ਜੀ? ਫਰਾਜ਼ ਸਾਹਿਬ ਦੁੱਧ 12 ਕਿਲੋ ਥੱਲੇ ਮੌਜੂਦ ਹੈ ਠੀਕ ਹੈ।
ਦੋਵਾਂ ਟਾਈਮਾਂ ਦਾ ਟੋਟਲ ਜਿਹੜਾ ਦੁੱਧ ਹੈ ਬੱਚੇ ਸਮੇਤ 12 ਕਿਲੋ ਵੇ ਲਿਬਾਸ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਸੁਬਾਹ ਦੂਸਰਾ ਵੇ ਨੰਬਰ 3 ਤੇ ਚੈੱਕ ਕਰਾਉਂਦੇ ਹਾਂ ਫਿਰ ਦਿਨ 5 ਹੋ ਗਏ ਨੇ ਇਹ ਜਾਵੇ ਜੀ ਇਹਦਾ ਇਹ ਪਿੱਛੇ ਦੇ ਕੱਟਾ ਇੱਥੇ ਜ਼ਰਾ ਸਿੱਧੀ ਕਰਕੇ ਖਿਲਾ ਰਹੇ ਹੋ ਨੰਮੀ ਇੱਥੇ ਖਿਲਾ ਰਹੇ ਹੋ ਆਪ ਹੀ ਪਰਲੀ ਸਾਈਡ ਤੇ ਹੋਣਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਚਿਹਰੇ ਦੀ ਖੂਬਸੂਰਤੀ ਵੇਖਣੀ ਹੈ ਬਿੱਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗਤ ਸੇਮ ਹੈ ਮਾਸ਼ਾਅੱਲਾ ਜੀ ਤੇ ਥਣਾਂ ਦੀ ਵੰਡ ਵੀ ਦੋਸਤਾਂ ਵੇਖ ਲੈਣੀ ਹੈ ਧੁੰਨੀਆਂ ਵੇ ਨਾ ਹੁੰਦੇ ਬਰਾਬਰ ਹੈ ਇਹ ਚੈੱਕ ਕਰੋ ਜੀ ਤੋਰੇ ਵਾਰ ਸਭ ਦੇ ਰੰਗ ਕੀ ਮਾਸ਼ਾਅੱਲਾ ਜੀ ਠੀਕ ਲੈ ਚਲੋ ਜੀ ਰਾਣਾ ਸਾਹਿਬ ਝੋਟੀ ਨੰਬਰ 3 ਦਾ ਰੇਟ ਰਾਣਾ ਸਾਹਿਬ ਬਹੁਤ ਚੰਗੀ ਖਰੀ ਝੋਟੀ ਹੈ ਠੀਕ ਹੈ ਘਾਹ ਤੂੰ ਸੋਹਣੀ ਮਛਲਾ ਹਰ ਪਾਸੇ ਖਿਦਮਤ ਸੇਵਾ ਕਰਨੇ ਆ ਘਰ ਜਾ ਕੇ ਲੋਕ ਖਿਦਮਤ ਨਹੀਂ ਕਰਦੇ ਝੋਟੀ ਮੇਰੇ ਦੁੱਧ 14 ਤੋਂ ਉੱਤੇ ਹੋਏ ਦੁੱਧ ਲੇਕਿਨ ਮੈਂ 12 ਸਿਰ ਦੱਸਣਾ ਪਿਆ ਵਾ ਕਿ ਜਿਹੜਾ ਅਗਲੇ ਦੇ ਘਰ ਵੀ ਜਾ ਕੇ ਦੁੱਧ ਪੂਰਾ ਹੋਵੇ ਠੀਕ ਹੈ ਜਨਾਬ ਦੁੱਧ ਅੱਲਾ ਦੇ ਫਜ਼ਲ ਨਾਲ ਥੱਲੇ 12 ਸਿਰ ਤੋਂ ਉੱਤੇ ਹੋਏ ਜੀ ਬਿਹਤਰ ਹੋ ਗਿਆ ਕੀਮਤ 3.40 ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ ਇਹ ਚੈੱਕ ਕਰੋ ਜੀ ਕਾਲੀਆਂ ਅੱਖਾਂ ਦੋਵਾਂ ਅੱਖਾਂ ਦੀ ਰੰਗਤ ਸੇਮ ਰਾਣਾ ਸਾਹਿਬ ਪਹਿਲੇ ਨੇ ਕਿ ਦੂਸਰੇ ਜੀ ਰਾਣਾ ਸਾਹਿਬ ਪਹਿਲੇ ਸੂਏ ਪਹਿਲੇ ਨੇ ਮਾਸ਼ਾਅੱਲਾ ਜੀ ਪਹਿਲੇ ਨੂੰ ਹੋ ਕੇ ਸੋਹਣੇ ਥਣ ਲੱਗੇ ਨੇ ਪਾਵਰਫੁਲ ਕਿਦੋਂ ਦੀ ਸੂਈ ਹੈ ਰਾਣਾ ਸਾਹਿਬ ਰਾਣਾ ਸਾਹਿਬ ਇਹਨੂੰ ਸੋਇਆ ਤਕਰੀਬਨ ਇਹ ਸਮਝੋ ਵੀ 22 ਦਿਨ ਹੋ ਗਏ 22 ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਨੰਬਰ 4 ਤੇ ਚੈੱਕ ਕਰਾਨੇ ਆ ਪੇ ਇਹ ਜਸਾਮਤ ਬੜੀ ਪਿਆਰੀ ਏ ਇਹ ਥਣ ਪਹਿਲੇ ਨੂੰ ਹੋ ਕੇ ਸੋਹਣੇ ਲੱਗੇ ਨੇ ਮਾਸ਼ਾਅੱਲਾ ਜੀ ਤੇ ਦੁੱਧ ਕਿੰਨਾ ਰਾਣਾ ਸਾਹਿਬ ਦੇ ਕੋਲ ਰਾਣਾ ਸਾਹਿਬ ਦੁੱਧ ਇਹਦੇ ਕੋਲ 10 ਕਿਲੋ ਜੇ 8 ਕਿਲੋ ਦੀ ਗਰੰਟੀ ਹੈ ਅੱਛਾ ਇਹ ਧੁੰਨੀਆਂ ਵੇ ਛੋਟੀ ਹੈ 8 ਕਿਲੋ ਦੁੱਧ ਗਰੰਟੀ ਹੈ ਪਿੱਛੇ ਵੀ ਕੱਟੀ ਹੈ ਮਾਸ਼ਾਅੱਲਾ ਜੀ ਨੰਬਰ 4 ਤੇ ਚੈੱਕ ਕਰਾਨੇ ਆ ਪੇ ਦੁੱਧ 10 ਕਿਲੋ ਵੇ 8 ਕਿਲੋ ਦੀ ਰਾਣਾ ਸਾਹਿਬ ਨੇ ਗਰੰਟੀ ਦਿੱਤੀ ਹੈ ਉਠਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਲਿਬਾਸ ਵੀ ਚੈੱਕ ਕਰਾ ਦਿੰਦੇ ਆ ਅਰਫ ਸਾਹਿਬ ਝੋਟੀ ਦਾ ਚਿਹਰਾ ਸਾਹਮਣੇ ਕਰਿਓ ਮਾਸ਼ਾਅੱਲਾ ਜੀ ਇਹ ਚੈੱਕ ਕਰੋ ਜੀ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗਤ ਸੇਮ ਹੈ ਮਾਸ਼ਾਅੱਲਾ ਜੀ ਖੂਬਸੂਰਤ ਹੈ ਤੇ ਜਾ ਲੈ ਚਲੋ ਜੀ ਇਹ ਸਾਹਮਣੇ ਕੱਟੀ ਮਾਸ਼ਾਅੱਲਾ ਜੀ ਭਰਾ ਸਾਹਿਬ ਕੱਟੀ ਜੇ ਤੇ ਇਹਦਾ ਮੁੱਲ ਸੁਣੋਗੇ ਤਾਂ ਤੁਸੀਂ ਆਖੋਗੇ ਕਿ ਵਾਕਈ ਹੈਰਾਨ ਹੋਈ ਜਾਂਦੇ ਹਾਂਜੀ ਇਹ ਕੱਟੀ ਜੇ ਠੀਕ ਇਹ ਪਿੱਛੇ ਦੇ ਕੱਟੀ ਮਾਸ਼ਾਅੱਲਾ ਲੈ ਆਓ ਆਰਫ ਸਾਹਿਬ ਜੀ ਜੀ ਰਾਣਾ ਸਾਹਿਬ ਝੋਟੀ ਨੰਬਰ 4 ਦਾ ਰੇਟ ਫਰਾਜ਼ ਸਾਹਿਬ 2,80,000 ਰੁਪਏ ਝੋਟੀ ਦੇ ਦਾਂਗੇ 2,80,000 ਰੁਪਏ ਫਰਾਜ਼ ਸਾਹਿਬ ਖੰਗਣੀ 2.5 ਲੱਖ ਰੁਪਏ ਦੀ ਅੱਲਾ ਦੇ ਫਜ਼ਲ ਨਾਲ ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ 20-22 ਦਿਨ ਹੋ ਗਏ ਨੇ ਸੁਬਾ ਪਹਿਲਾ ਵੇ ਪਿੱਛੇ ਕੱਟੀ ਵੀ ਮਾਸ਼ਾਅੱਲਾ ਜੀ ਕੀਮਤ ਡਿਮਾਂਡ 2,80,000 ਅੱਗੇ ਲਿਆਓ ਜੀ ਨੰਬਰ 5 ਵਾਲੀ ਨੰਬਰ 4 ਤੇ ਚੈੱਕ ਕਰਾਈਏ ਮਾਸ਼ਾਅੱਲਾ ਜੀ ਕੀਮਤ ਡਿਮਾਂਡ 2,80,000 ਅੱਗੇ ਬਾਈ ਲਿਆਓ ਜੀ ਨੰਬਰ 5 ਵਾਲੀ ਆ ਗਈ ਹੈ ਪਾਈਨ ਤੇ ਪਹਿਲੇ ਨੇ ਜੀ ਰਾਣਾ ਸਾਹਿਬ ਪਹਿਲਾਂ ਦੇ ਕੱਦ ਵੇਖ ਲਓ ਝੋਟੀ ਦਾ ਥਣ ਵੇਖ ਲਓ ਖਿਲਾ ਰਿਹਾ ਆਰਫ ਸਾਹਿਬ ਰਾਣਾ ਸਾਹਿਬ ਇਹ ਝੋਟੀ ਨੂੰ ਕਹੀਦਾ ਪਹਿਲਵਾਨ ਜ਼ਰਾ ਸਿੱਧੀ ਕਰੋ ਹਾਂ ਆਰਫ ਸਾਹਿਬ ਕਿਦੋਂ ਦੀ ਸੂਈ ਹੈ ਜੀ ਰਾਣਾ ਸਾਹਿਬ ਇਹਨੂੰ 10 ਦਿਨ ਹੋ ਚੁੱਕੇ 10 ਕਿ ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਅੱਟਾਂ ਨੇ ਸੁੱਟੀਆਂ ਇਹ ਝੋਟੀ ਠੀਕ ਹੈ ਅੱਟਾਂ ਹਲੇ ਸੁੱਟਣੀਆਂ ਨੇ ਸਾਫ ਹੋਏ ਜੀ ਇਨਸ਼ਾਅੱਲਾ ਇਹ ਦੁੱਧ ਕਿੰਨਾ ਦੇ ਕੋਲ ਹੁਣ ਰਾਣਾ ਸਾਹਿਬ ਕੋਲ ਸਾਰਾ 10 ਕਿਲੋ ਜੀ ਦੁੱਧ ਦੋਵਾਂ ਟਾਈਮਾਂ ਦਾ ਟੋਟਲ 10 ਕਿਲੋ ਵੇ ਰਵੇਲ ਆ ਚੈੱਕ ਕਰਨੀ ਮਾਸ਼ਾਅੱਲਾ ਜੀ ਰਵੇਲ ਕਾਫੀ ਇਹ ਨੰਬਰ 5 ਤੇ ਚੈੱਕ ਕਰਾਨੇ ਆ ਪੇ ਪਹਿਲਨ ਸ਼ਾਨਦਾਰ ਹੁਸਨ ਵਾਲੀ ਝੋਟੀ ਹੈ ਤੇ ਪਹਿਲਨ ਹੋ ਕੇ ਮਾਸ਼ਾਅੱਲਾ ਜੀ ਥਣ ਵੇਖਣੇ ਨੇ ਤੇ ਥਣਾਂ ਦੀ ਵੰਡ ਬੜੀ ਪਿਆਰੀ ਹੈ ਜੀ ਦੁੱਧ ਕਿੰਨਾ ਰਾਣਾ ਸਾਹਿਬ 10 ਕਿਲੋ 10 ਕਿਲੋ ਦੀ ਝੋਟੀ ਹੈ ਥਣ ਵੇਖੋ ਕਿੱਥੇ ਕਿੱਥੇ ਲੱਗਾ ਮਾਸ਼ਾਅੱਲਾ ਜੀ ਤੋਰੋ ਜੀ ਆਰਫ ਸਾਹਿਬ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਜਿਹੜਾ ਦੁੱਧ ਹੈ 10 ਕਿਲੋ ਵੇ ਜਾ ਕੀ ਪਿੱਛੇ ਦੇ ਜਾ ਮਰ ਗਏ ਫਰਾਜ਼ ਸਾਹਿਬ ਇਹਦਾ ਚਵਾਈ ਫਿਰ ਕਿੰਜ ਕਰਦੇ ਜੋ ਚਾਹੇ ਪਹਾੜੇ ਤੇ ਮਿਲ ਜੀ ਦੋਵੇਂ ਟਾਈਮ ਜੀ ਦੋਵੇਂ ਟਾਈਮ ਪਹਾੜੇ ਤੇ ਮਿਲ ਜੀ ਟੀਕਾ ਲਾਉਣ ਦੀ ਜ਼ਰੂਰਤ ਨਹੀਂ ਕੋਈ ਲੋੜ ਟੀਕਾ ਲਾਉਣ ਦੀ ਠੀਕ ਹੈ ਯਾਨੀ ਕਿ ਹੁਣ ਚੋਣਾ ਹੀ ਚੋਣਾ ਵੇ ਜਾ ਮਗਰ ਹੈ ਨਹੀਂ ਇਹ ਟਾਹਲੇ ਨੇ ਸੁੱਟਣੀਆਂ ਨੇ ਜੀ ਜੀ ਦਾਦਾ ਸੂਈ ਇਹ ਨਹੀਂ ਕਿ
ਇਹ ਨਿਸ਼ਾਨੀ ਕਹਿ ਲਓ ਕਿੱਟਾਂ ਸੁੱਟੇ ਦੀ ਤੇ ਦੋਸਤਾਂ ਨੂੰ ਪਤਾ ਲੱਗ ਜਾਂਦਾ ਕਿ ਬੰਦੇ ਨੇ ਯਾਨੀ ਕਿ ਲੈ 10 ਕੀ ਜੀ ਜੀ ਬਿਲਕੁਲ ਜੀ ਠੀਕ ਹੈ ਕੀ ਕੀਮਤ ਰਾਣਾ ਸਾਹਿਬ ਕਿੰਨੀ ਰੁਪਏ ਇਹ ਵੀ ਛੋੜੀ ਜਿਸ ਭਰਾ ਨੂੰ ਪਸੰਦ ਹੈ 2,85,000 ਰੁਪਏ ਛੋੜੀ ਦੇਣਾ 2,85,000 2,85,000 ਰੁਪਏ ਜੀ ਜ਼ਿੰਦਾਬਾਦ ਹੋ ਗਿਆ ਜਾਂ ਨਾ ਹੁੰਦੀ ਵਜ੍ਹਾ ਤੋਂ ਰੇਟ ਨਹੀਂ ਤੇ ਰੇਟ 3 ਤੋਂ ਬਾਹਰ ਹੀ ਹੋਣਾ ਸੀ 2,85,000 ਅੱਗੇ ਖਿਲਾ ਰਹੇ ਹੋ ਜੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 6 ਤੇ ਆ ਗਈ ਆਰ ਸਾਹਿਬ ਇੱਥੇ ਖਿਲਾ ਰਹੇ ਹੋ ਜੀ ਜੀ ਅਭੀ ਪਹਿਲਾਂ ਨੇ ਜੀ ਭਰਾ ਸਾਹਿਬ ਪਹਿਲਾਂ ਟੱਪੀ ਜੇ ਤੇ ਸਿੰਘ ਢਾਲ ਜੇ ਠੀਕ ਹੈ ਅੱਛਾ ਇੱਕ ਢਹਿਲਾ ਤੇ ਇੱਕ ਗੁਲਾਈ ਚੇ ਵੇ ਹਾਂ ਜੀ ਹਿੱਲਦਾ ਸਿੰਘ ਇੱਕ ਠੀਕ ਇੱਕ ਸਿੰਘ ਹਿੱਲਦਾ ਵੀ ਮਾਸ਼ਾਅੱਲਾ ਠੀਕ ਹੈ ਜਨਾਬ ਇਹ ਰਾਣਾ ਸਾਹਿਬ ਨੇ ਚੱਕ ਰਿਹਾ ਹਿੱਲਦਾ ਵੇ ਬੱਗੀ ਮੋਛੇ ਬਿੱਲੀਆਂ ਅੱਖਾਂ ਨੇ ਜੀ ਦੂਸਰਾ ਸਿੰਘ ਗੁਲਾਈ ਚੇ ਮਾਸ਼ਾਅੱਲਾ ਜੀ ਕਰਮਾ ਲਈ ਇਹ ਨੰਬਰ ਆ ਗਈ 6 ਤੇ ਪਹਿਲਾਂ ਨੇ ਟੋਰਿਆ ਹਾਰਾ ਸਾਹਿਬ ਜੀ ਰਾਣਾ ਸਾਹਿਬ ਵੀ ਸੂਈ ਹੈ ਜੀ ਫਰਾਸ ਸਾਹਿਬ ਸੂਈ ਹੈ ਕਿਦੋਂ ਦੀ ਸੂਈ ਹੈ ਫਰਾਸ ਸਾਹਿਬ ਨੂੰ ਸੂਇਆ ਹੋ ਗਈ ਜੇ ਤੇ ਪਰ ਸੂਈ ਛੇਵਾਂ ਦਿਨ ਨੇ ਤੇ ਨੰਬਰ 6 ਦੀ ਚੱਕ ਕਰਾਨੇ ਆ ਫੇ ਸਹੀ ਇਤਫਾਕ ਹੋ ਗਿਆ ਫੇ ਜੀ ਜੀ ਕਿੰਨਾ ਕੁ ਦੁੱਧ ਹੈ ਦੇਖੋ ਫਰਾਸ ਸਾਹਿਬ ਇੱਕ ਦੁੱਧ ਇਹ ਸਮਝ ਲਓ ਦੁੱਧ ਵੀ ਤੇ ਬੋਲਾ ਸਭ ਲੋ ਅੱਛਾ ਠੀਕ ਹੈ ਇਹਦੇ ਕੋਲ 10 ਕਿਲੋ ਦੁੱਧ ਸਾਰਾ ਮੁਕੰਮਲ ਅੱਛਾ ਦੋਹਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 10 ਕਿਲੋ 10 ਕਿਲੋ ਸਵੇਰ ਪਹਿਲਾ ਵੇ ਦਿਨ 6 ਹੋ ਗਏ ਨੇ ਮਾਸ਼ਾਅੱਲਾ ਜੀ ਜੀ ਨੰਬਰ 6 ਦੀ ਚੱਕ ਕਰਾਨੇ ਆ ਪੇ ਜਾ ਤੇ ਲੈ ਚੱਲਿਓ ਜੀ ਆਰਫ ਸਾਹਿਬ ਜਾ ਕੀ ਰਾਣਾ ਸਾਹਿਬ ਪਿੱਛੇ ਦੇ ਇਹਦੇ ਕੋਲ ਫਾਸ ਸਾਹਿਬ ਕੱਟੀ ਹੈ ਪਿੱਛੇ ਕੱਟੀ ਹੈ ਕਰਮਾਂ ਲਈ ਫਿਰ ਦੋ ਹੀ ਹੋ ਗਈਆਂ ਰਾਣਾ ਸਾਹਿਬ ਜੀ ਜੀ ਬਿਲਕੁਲ ਇਹ ਮਾਸ਼ਾਅੱਲਾ ਜੀ ਪਿੱਛੇ ਦੇ ਕੱਟੀ ਹੈ ਆਰਫ ਸਾਹਿਬ ਸਾਹਮਣੇ ਕਰਿਓ ਜਾ ਜ਼ਰਾ ਫਰਾ ਸਾਹਿਬ ਸਿੰਘ ਢਾਲ ਮਾਸ਼ਾਅੱਲਾ ਦੁੱਧ ਦੇਣੀਆਂ ਤੇ ਹੀ ਹੋ ਜਾਏਗੀ ਠੀਕ ਹੈ ਮਾਸ਼ਾਅੱਲਾ ਸਹੀ ਹੈ ਲਿਆਓ ਜੀ ਆਰਫ ਸਾਹਿਬ ਲਿਆਓ ਜੀ ਇਹ ਬੱਚਾ ਕਿਹੜਾ ਭਾਰ ਫਿਰ ਇਹ ਕੱਟੀ ਜੀ ਛੋਟੀ ਕੱਟੀ ਜੀ ਕੱਟੀ ਜੀ ਨਾਲ ਦੇ ਦੋ ਠੀਕ ਹੈ ਜੀ ਜੀ ਰਾਣਾ ਸਾਹਿਬ ਛੋਟੀ ਨੰਬਰ 6 ਦਾ ਰੇਟ ਫਰਾ ਸਾਹਿਬ 2,70,000 ਰੁਪਏ ਛੋਟੀ ਦੇ ਦਾਂਗੇ 270 2,70,000 ਰੁਪਏ ਦੁੱਧ 10 ਕਿਲੋ ਦੁੱਧ 10 ਕਿਲੋ ਪਿੱਛੇ ਕੱਟੀ ਕੱਟੀ ਤਾਜ਼ੀ ਸੂਈ ਜਨਾਬ ਸਿੰਘ ਢਾਲ ਸਰਕਾਰ ਵਾਕਈ ਵਾਕਈ ਫਰਾ ਸਾਹਿਬ ਧਮਾਕੇ ਕਰ ਛੜਿਆ ਰਾਣਾ ਸਾਹਿਬ ਧਮਾਕਾ ਫਰਾ ਸਾਹਿਬ ਲੈ ਲੈਣ ਲੋਕ ਫਾਇਦਾ ਮੇਰੇ ਕੋਲ ਅੱਗੋਂ ਜ਼ਿੰਦਗੀ ਰਹਿਣੀ ਹੈ ਨਹੀਂ ਰਹਿਣੀ ਠੀਕ ਹੈ ਅੱਲਾ ਜ਼ਾ ਸਿਹਤ ਦੇ ਰਾਣਾ ਸਾਹਿਬ ਤੁਹਾਨੂੰ ਜਿਹੜੇ ਦੋਸਤ ਵੀਡੀਓ ਵੇਖਦੇ ਨੇ ਪਿਓ ਉਹਨਾਂ ਅੱਗੇ ਵੀ ਆ ਗੁਜ਼ਾਰਿਸ਼ ਹੈ ਕਿ ਰਾਣਾ ਸਾਹਿਬ ਦੀ ਸਿਹਤਯਾਬੀ ਵਾਸਤੇ ਦੁਆ ਕਰਨ ਤੇ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 7 ਤੇ ਆ ਗਈ ਖਿਲਾ ਰਹੇ ਹੋ ਜੀ ਚੰਗੀ ਖੂਬਸੂਰਤ ਰਵੇਲ ਕਾਫੀ ਹੈ ਪਹਿਲਵਾਨ ਚੀਜ਼ ਹੈ ਜੀ ਰਾਣਾ ਸਾਹਿਬ ਫਰਾ ਸਾਹਿਬ ਸ਼ਾਮ ਦਾ ਟਾਈਮ ਹੈ ਜਿਸ ਭਰਾ ਨੂੰ ਦੁੱਧ ਚਾਹੀਦਾ ਨਾ ਦੁੱਧ ਚਾਹੀਦਾ ਉਹ ਮੇਰੇ ਯਕੀਨ ਤੇ ਠੀਕ ਹੈ ਤੇ ਅੱਲਾ ਨੇ ਸਪੁਰਦ ਕਰਕੇ ਝੋਟੀ ਲੈ ਜੇ ਹੈ ਦੁੱਧ ਮੇਰੀ ਝੋਟੀ ਕੋਲ 14 ਕਿਲੋ ਵੇ ਅੱਜ 4 ਦਿਨਾਂ ਦੀ ਸੂਈ ਹੈ ਬੱਚਾ ਇਹਦਾ ਆਉਂਦਿਆਂ ਗੱਡੀ ਦੇ ਵਿੱਚ ਮਰ ਗਿਆ ਤਾਜ਼ੀ ਸੂਈ ਹੈ 8ਵੀਂ ਸੁੱਟੀ ਸੋਹਣੀ ਚੋਣ ਹੈ ਸੋਹਣਾ ਪਸਮਾ ਹੈ ਸੋਹਣੀ ਧਾਰ ਹੈ ਤੋਰੇ ਯਾਨੀ ਕਿ ਤੋਹਫਾ ਹੀ ਹੈ ਤੋਹਫਾ ਹੀ ਹੈ ਠੀਕ ਹੈ ਜੀ ਝੋਟੀ ਵੀ ਨਹੀਂ ਦੁੱਧ ਕਰੇਗੀ 18 ਤੋਂ 19 ਸਿਰ ਅੱਲਾ ਪਾ ਦੇ ਮਾਸ਼ਾਅੱਲਾ ਜੀ ਹਲੇ ਦਿਨ 4 ਕੋਏ ਨੇ ਬੋਲੇ ਉੱਤੇ ਵੀ ਜਾ ਮਰ ਗਿਆ ਸਵਾ ਦੂਸਰਾ ਜੀ ਜੀ ਦੂਸਰਾ ਸਵਾ ਝੋਟੀ ਦੁੱਧ ਦੇ ਸਾਰੇ 14 ਕਿਲੋ ਠੀਕ ਹੈ 12 ਕਿਲੋ ਦੀ ਗਾਰੰਟੀ ਦਾਂਗਾ ਤੇ ਜਿਸ ਭਰਾ ਨੂੰ ਦੁੱਧ ਚਾਹੀਦਾ ਨਾ ਰਿਕਵੈਸਟ ਹੋ ਜੇਗੇ ਐ ਵੇ ਕਿ ਨਾ ਪਰੇਸ਼ਾਨ ਹੋਵੇ ਤੇ ਨਾ ਪਰੇਸ਼ਾਨ ਹੋਣ ਦੀ ਲੋੜ ਹੈ ਤਾਜ਼ੀ ਮੱਝ ਸੂਈ ਹੈ ਖੁਦਾ ਗਵਾਹ ਹੈ ਗੱਡੀ ਦੇ ਵਿੱਚ ਬੱਚਾ ਮਰਿਆ ਠੀਕ ਹੈ ਤੇ ਦੁੱਧ ਛੋਟੀ ਮੇਰੀ 17-18 ਸਾਲ ਦੁੱਧ ਨਾ ਕਰੇਗੀ ਤੇ ਮੈਂ ਜ਼ਿੰਮੇਦਾਰ ਹਾਂ ਐ ਲੈ ਕੇ ਆਇਆ ਵਾਂ ਬੰਦਾ ਵਾਕਫ ਹੈ ਮੇਰਾ ਠੀਕ ਹੈ ਉਹਨਾਂ ਕੋਲ ਲੈ ਕੇ ਇੱਕ ਕਿਲੋ ਨਹੀਂ ਦਵਾਕਫ ਬੰਦੇ ਕੋਲ ਨਹੀਂ ਲੈ ਕੇ ਆ ਠੀਕ ਹੈ ਘਰ ਦੇ ਵਿੱਚ ਕੱਟੀ ਲੈ ਕੇ ਯਾਨੀ ਕਿ ਪੂਰੀ ਤਸੱਲੀ ਵਾਲੀ ਗਰੰਟੀ ਵਾਲੀ ਅਜ਼ਮਾਈ ਹੋਈ ਚੀਜ਼ ਦੇ ਦੁੱਧ 14 ਕਿਲੋ ਵੇ 12 ਕਿਲੋ ਦੀ ਗਰੰਟੀ ਹੈ ਜੀ 12 ਸਵਾ ਦੂਸਰਾ ਵੇ ਅੱਟਾਂ ਲੈ ਸੁੱਟਣੀਆਂ ਨੇ ਸੁੱਟਣੀਆਂ ਨੇ ਚੁਆਈ ਕਿੰਜ ਕਰਦੇ ਹੋ ਰਾਣਾ ਸਾਹਿਬ ਚੁਆਈ ਫਰਾਂਸ ਆ ਫਿਲਹਾਲ ਟੀਕਾ ਲੈਂਦੀ ਹੈ ਲਿਬਾਸ ਵੀ ਦੋਸਤਾਂ ਵੇਖ ਲੈਣਾ ਨੰਬਰ 7 ਤੇ ਚੈੱਕ ਕਰਾਨੇ ਆ ਪੇ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਜਿਹੜਾ ਪਿਛਲੀ ਸਾਈਡ ਤੋਂ ਨਜ਼ਾਰਾ ਕਰਾਉਂਦੀ ਹੈ ਵੀ ਬਟਨ ਵੀ ਦੋਸਤਾਂ ਵੇਖਣੇ ਨੇ ਤੇ ਚੰਗਾ ਚੌੜਾ ਪੁੱਠਾ ਹੋਵੇ ਮਾਸ਼ਾਅੱਲਾ ਜੀ
ਨੰਬਰ 7 ਤੇ ਆ ਗਈ ਹੈ ਜੀ ਰਾਣਾ ਸਾਹਿਬ ਛੋਟੀ ਨੰਬਰ 7 ਦਾ ਰੇ ਇਹ ਛੋਟੀ ਜਿਹਨੇ 7 ਲੱਖ ਦੀ ਲੈਣੀ ਹੈ ਨਾ ਪਹਿਲਾਂ ਉਹਦੀ ਵੀ ਇੰਨਾ ਦੁੱਧ ਨਹੀਂ ਲੈਣਾ ਜਿੰਨਾ ਇਹਦੇ ਛੋਟੀ ਦੇ ਦੁੱਧ ਠੀਕ ਹੈ ਫਰਾਜ਼ ਸਾਹਿਬ ਕੀਮਤ ਕੀ ਹੈ ਇਹਦੀ ਫਰਾਜ਼ ਸਾਹਿਬ ਕੀਮਤ ਇਹਦੀ ਬਿਲਕੁਲ ਨਾਲ ਸਵੇ ਬੱਚਾ ਮਰ ਗਿਆ ਛੋਟੀ ਦਾ ਮੁੱਲ ਤਾਂ ਨਾਲੇ 4 ਲੱਖ ਰੁਪਈਆ ਅੱਛਾ ਠੀਕ ਹੈ ਫਰਾਜ਼ ਸਾਹਿਬ ਜਿਸ ਭਰਾ ਨੂੰ ਪਸੰਦ ਹੈ 3 ਲੱਖ ਤੇ 30,000 ਰੁਪਏ ਫਾਈਨਲ ਫਾਈਨਲ ਕੱਟੀ ਦੇ 3 ਦੀ ਦੇਖ ਲਾਂਗੇ ਫਰਾਜ਼ ਸਾਹਿਬ ਜ਼ਿੰਦਾਬਾਦ ਰਾਣਾ ਸਾਹਿਬ ਜ਼ਿੰਦਾਬਾਦ ਮਾਸ਼ਾਅੱਲਾ ਜੀ ਨੰਬਰ 7 ਤੇ ਚੈੱਕ ਕਰਾਈਏ ਕੀਮਤ ਡਿਮਾਂਡ 3 ਚੱਸ ਆ ਰਹੀ ਹੈ ਤੈਯਰ ਕਹਿੰਦਾ ਪਿਆ ਜੀ ਇਨਸ਼ਾਅੱਲਾ ਫਰਾਜ਼ ਸਾਹਿਬ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 8 ਤੇ ਫਰਾਜ਼ ਸਾਹਿਬ ਇਹ ਝੋਟੀ ਜੇ ਪੱਕੇ ਚੱਡੀ ਜੀ ਦੀ ਹੈ ਠੀਕ ਹੈ ਅੱਜ ਚੌਥਾ ਤੀਸਰਾ ਦਿਨ ਜਸ ਹੋਇਆ ਇਹਨੂੰ ਠੀਕ ਹੈ ਜੀ ਇਹ ਲਿਬਾਸ ਜ਼ਰਾ ਪੱਕਾ ਰੱਖ ਦਈਏ ਚੌਥਾ ਦਿਨ ਨੇ ਨੰਬਰ 8 ਤੇ ਚੈੱਕ ਕਰਾਨੇ ਆ ਪਿਆ ਸੁਆ ਕਿੰਨਾ ਸੋਈ ਹੈ ਜੀ ਰਾਣਾ ਸਾਹਿਬ 10 ਕਿਲੋ ਦੁੱਧ ਦੇ ਥੱਲੇ ਠੀਕ ਹੈ ਸਵੇਰੇ ਤਕਰੀਬਨ ਕੋਈ ਗੁਜਰਾਤੋਂ ਬੰਦੇ ਆਏ ਸਨ ਅੱਛਾ ਇਹ ਚੋਕ ਗਏ ਨੇ ਤਕਰੀਬਨ ਕੋਈ 1:15 ਵਜੇ ਨਾ ਉਹ ਮਾਝੇ ਮੇਰੇ ਕੋਲ ਲੈ ਗਏ ਨੇ ਇੱਕ ਐ ਮਾਝ ਟਕਾਈ ਸੀ ਇੱਕ ਮਾਝ ਹੋਰ ਟਕਾਈ ਸੀ ਅੱਛਾ ਇਸ ਵਾਸਤੇ ਕਰਕੇ ਮਾਝ ਦਾ ਨਾ ਐਡਾ ਕੋਈ ਲਿਬਾਸ ਨਜ਼ਰ ਨਹੀਂ ਆ ਰਿਹਾ ਅੱਛਾ ਠੀਕ ਹੈ ਲੇਕਿਨ ਦੁੱਧ 10 ਕਿਲੋ ਹੋਵੇ ਸੀਲ ਸੁਆ ਕਿੰਨਾ ਹੈ ਸੁਆ ਦੂਸਰਾ ਜੇ ਫਰਾਂਸ ਸੁਆ ਦੂਸਰਾ ਹੋਵੇ ਦੁੱਧ 10 ਕਿਲੋ ਹੋਵੇ ਦਿਨ 4 ਕੋ ਗਏ ਨੇ ਜੀ ਜੀ ਲਿਬਾਸ ਵੀ ਦੋਸਤਾਂ ਵੇਖਣਾ ਹੋਵੇ ਤੇ ਇਹਦੀ ਚੁਆਈ ਸਵੇਰ 8 ਵਜੇ ਦੀ ਹੋਈ ਹੈ ਤੇ ਹੁਣ ਟਾਈਮ ਤਕਰੀਬਨ 5 ਹੋਰੇ ਨਹੀਂ ਵਜੇ ਹਲੇ ਟਾਈਮ ਦਾ 3 ਸ਼ਾਮ ਦਾ ਟਾਈਮ ਹੈ ਫਰਾਂਸ 4:43 ਮਿੰਟ ਕੋ ਗੱਲ ਹੈ ਵੇ ਕਿ ਦੁੱਧ 10 ਕਿਲੋ ਮੇ ਕੱਟੀ ਗਏ ਠੀਕ ਹੈ ਜਾ ਮਗਰੇ ਦੇ ਕੱਟੀ ਜੀ ਠੀਕ ਹੈ ਬੰਚੜੋ ਕੋਈ ਨਹੀਂ ਜਾ ਉੱਥੇ ਚੈੱਕ ਕਰਾ ਲੈਣੇ ਇਹ ਮਾਸ਼ਾਅੱਲਾ ਜੀ ਝੋਟੀ ਦੇ ਥਾਂ ਦੋਸਤਾਂ ਫਿਰ ਵੇਖ ਲੈਣੇ ਨੇ ਦੁੱਧ ਦੋਵਾਂ ਟਾਈਮਾਂ ਦਾ ਟੋਟਲ 10 ਕਿਲੋ ਵੇ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੇ ਰੰਗ ਵੀ ਸੇਮ ਹੈ ਜਾ ਕਿਹੜਾ ਮਗਰੇ ਦੇ ਇਹ ਪਿੱਛੇ ਦੇ ਕੱਟੀ ਮਾਸ਼ਾਅੱਲਾ ਜੀ ਜੀ ਰਾਣਾ ਸਾਹਿਬ ਛੋਟੀ ਨੰਬਰ 8 ਦਾ ਰੇਟ ਠੀਕ ਹੈ ਕਰਨ ਤੋਂ ਰਸਤ ਨੂੰ ਫਰਾਂਸ ਸਾਹਿਬ ਰੇਟ ਇਨਸ਼ਾਅੱਲਾ ਇਹਦਾ ਨੰਬਰ 9 ਹੋਏਗਾ ਠੀਕ ਹੈ ਫਰਾਂਸ ਸਾਹਿਬ 3,20,000 ਰੁਪਏ ਕੱਟ ਟੁੱਟ ਗਏ 3,20,000 3,20,000 ਰੁਪਏ ਦੀ ਫਰਾਜ਼ ਸਾਹਿਬ 10 ਕਿਲੋ ਦੁੱਧ ਉਹ ਬੱਚਾ ਜੇ ਤੇ ਇਹ ਕੱਟੀ ਜੇ ਠੀਕ ਹੈ ਸੋਹਣੀ ਹੈ ਮਾਸ਼ਾਅੱਲਾ ਜੀ ਤੇ ਕਿਹੜਾ ਬੰਦਾ ਰੇਟ ਮੇਰੇ ਵਰਗਾ ਦੇ ਸਕਦਾ ਮੈਨੂੰ ਦੱਸੋ ਜ਼ਿੰਦਾਬਾਦ ਰਾਣਾ ਸਾਹਿਬ ਵੀਡੀਓ ਬਣਾਉਂਦੇ ਆ ਪੂਰੇ ਮਾਸ਼ਾਅੱਲਾ ਜੀ ਤੁਹਾਡੀ ਬੜਾ ਅੱਛੀ ਕਾਵਿਸ਼ ਕ੍ਰੇਟ ਚੱਲਾਂ ਦੇ ਲਿਆਓ ਆਰਫ ਸਾਹਿਬ ਅੱਗੇ ਨੰਬਰ 9 ਵਾਲੀ ਜੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 9 ਤੇ ਆ ਗਈ ਇਹ ਢੈਲੀ ਸਿੰਘ ਤੇ ਨਹੀਂ ਦਿਲ ਦੇ ਇੱਕ ਸਿੰਘ ਹਿਲਦਾ ਜੇ ਇੱਕ ਨਹੀਂ ਫਰਾਜ਼ ਸਾਹਿਬ ਇੱਕ ਹਿਲਦਾ ਵੇ ਤੇ ਇੱਕ ਨਹੀਂ ਹਿਲਦਾ ਮਾਸ਼ਾਅੱਲਾ ਜੀ ਕੀ ਤਫਸੀਲ ਹੈ ਰਾਣਾ ਸਾਹਿਬ ਦੱਸੋ ਜੀ ਇਹ ਵੀ ਦੁੱਧ ਨਹਿਰ ਜੇ ਇਹ ਇੱਕ ਮੇਰਾ ਭਰਾ ਰਾਵਲਪਿੰਡੀ ਦਾ ਉਹਨੂੰ ਪਿਛਲੀ ਵੀਡੀਓ 'ਚ ਮੈਂ ਝੋਟੀ ਦਿੱਤੀ ਸੀ ਅੱਛਾ ਲੇਕਿਨ ਫਰਾਜ਼ ਸਾਹਿਬ ਇਹਦਾ ਬੱਚਾ ਮਰ ਗਿਆ ਤੇ ਉਹਨਾਂ ਨੇ ਕਿਹਾ ਜੀ ਮੈਂ ਬੱਚੇ ਲਈ ਲੈਣੀ ਹੈ ਬਗੈਰ ਬੱਚੇ ਤੋਂ ਮੈਂ ਨਹੀਂ ਲੈਣੀ ਠੀਕ ਹੈ ਝੋਟੀ ਕੋ ਦੁੱਧ 12 ਤੋਂ 13 ਸਿਰ ਮੌਜੂਦ ਹੈ ਇਸ ਟਾਈਮ ਠੀਕ ਹੈ ਅੱਜ 8 ਤੋਂ 10 ਦਿਨ ਦੀ ਸੂਈ ਹੈ ਝੋਟੀ ਦੀ ਆਟ ਨਹੀਂ ਸੁੱਟੀ ਅੱਛਾ ਆਟਾ ਲੈ ਨੇ ਸੁੱਟਣੀਆਂ ਨੇ ਦੁੱਧ 12 ਕਿਲੋ ਵੇ ਦੁੱਧ 12 ਕਿਲੋ ਸੁਆ ਕਿੰਨਾ ਸੂਈ ਹੈ ਫਰਾਜ਼ ਸਾਹਿਬ ਦੂਸਰਾ ਸੁਆ ਸੂਈ ਤੇਰੀ ਰਾਣਾ ਸਾਹਿਬ ਚੋਈ ਕਿੰਨ ਕਰਦੇ ਹੋ ਫਰਾਜ਼ ਸਾਹਿਬ ਟੀਕੇ ਨੇ ਮਿਲਦੀ ਜੇ ਦੋਵੇਂ ਟਾਈਮ ਟੀਕੇ ਅੱਛਾ ਇਹ ਫਿਲਹਾਲ ਦੋਵੇਂ ਟਾਈਮ ਟੀਕੇ ਤੇ ਵੇ ਲੇਕਿਨ ਅਗਰ ਕੋਈ ਦੋਸਤ ਥੋੜੀ ਮਿਹਨਤ ਕਰੇ ਤੇ ਪਹਾੜੇ ਤੇ ਲੱਗ ਸਕਦੀ ਹੈ ਨੰਬਰ ਆ ਗਈ ਇਹ 9 ਤੇ ਮਾਸ਼ਾਅੱਲਾ ਜੀ ਕਰੋ ਜੀ ਦੁੱਧ 12 ਕਿਲੋ ਵੇ ਰਵੇਲ ਕਾਫੀ ਹੈ ਜੀ ਫਰਾਜ਼ ਸਾਹਿਬ ਐ ਚੈੱਕ ਕਰੋ ਮਾਸ਼ਾਅੱਲਾ ਜੀ ਟਾਲੇ ਨੇ ਸੁੱਟਣੀਆਂ ਨੇ ਕਰੋ ਯਾਰਾ ਸਾਹਿਬ ਥਾਣੀ ਦੋਸਤਾਂ ਵੇਖ ਲੈਣੇ ਨੇ ਮਾਸ਼ਾਅੱਲਾ ਜੀ ਆਓ ਜੀ ਰਾਣਾ ਸਾਹਿਬ ਝੋਟੀ ਨੰਬਰ 9 ਦਾ ਰੇਟ ਲਾਓ ਜੀ ਫਰਾਜ਼ ਸਾਹਿਬ 12 ਕਿਲੋ ਦੁੱਧ ਦੋ ਵੀ ਟਾਈਮ ਠੰਡਾ ਕਰਕੇ ਮਿਣ ਕੇ ਠੀਕ ਹੈ ਫਰਾਜ਼ ਸਾਹਿਬ ਪਿਛਲੀ ਵੀਡੀਓ ਤੇ ਇਹਦੇ ਬੱਚਾ ਵੀ ਹੈ ਸੀ ਹਫਤਾ ਹੋ ਜਲੇ ਵੀਡੀਓ ਬਣਿਆ ਠੀਕ ਹੈ ਤੇ ਝੋਟੀ ਵੀ ਤਾਜ਼ੀ ਸੂਈ ਹੈ ਇਹ ਝੋਟੀ ਦੀ ਆਟ ਨਹੀਂ ਸੁੱਟੀ ਕੋਈ ਵੀ ਠੀਕ ਹੈ ਫਰਾਜ਼ ਸਾਹਿਬ ਝੋਟੀ ਦੇ ਨਾਲ ਫਾਈਨਲ 2,75,000 ਰੁਪਏ 2,75 ਮੈਂ ਨਾ ਪਿਛਲੀ ਵੀਡੀਓ 3,10,000 ਰੁਪਏ ਦਾ ਮੁੱਲ ਕੀਤਾ ਸੀ ਠੀਕ ਹੈ ਤੇ ਉਹ ਭਾਈ ਉਹਨਾਂ ਨੇ ਨਹੀਂ ਖੜੀ ਉਹਦਾ ਬੱਚਾ ਜੋ ਮਰ ਗਿਆ ਠੀਕ ਹੈ ਤੇ ਅਸੀਂ ਮਾਲ ਵੇਚਣਾ ਇਨਸ਼ਾਅੱਲਾ ਹਫਤੇ ਤੋਂ ਬਾਅਦ ਨੂੰ ਫਿਰ ਗੱਡੀ ਆਣੀ ਹੈ ਅਸੀਂ ਫਰਾਜ਼ ਸਾਹਿਬ ਮਾਲ ਵੇਚਣਾ ਲਰ ਫਜ਼ਲਾ 2,75 ਦੇ ਇਨਸ਼ਾਅੱਲਾ ਤੋਹਫਾ ਹੀ ਹੈ ਪੈਕੇਜ ਹੀ ਹੈ ਕੀ ਜੀ ਤੋਹਫਾ ਹੀ ਇਨਸ਼ਾਅੱਲਾ ਠੀਕ ਹੈ ਮਜ਼ੀਦ ਕੋ ਦੋਸਤਾਂ ਵਾਸਤੇ ਪੇਗਾਮ ਜੀ ਫਰਾਜ਼ ਸਾਹਿਬ ਟਾਈਮ ਕੀ ਕਿੰਨੇ ਮਿੰਟ ਹੋਏ ਜੇ ਟਾਈਮ ਹੈ 2 ਦਫਾ ਕੱਟੀ ਹੈ ਹੁਣ ਟਾਈਮ ਪਤਾ ਨਹੀਂ ਕਰੋ ਤੁਸੀਂ ਗੱਲ ਹੈ ਟਾਈਮ ਦੇ ਤੁਹਾਡੇ ਵਾਸਤੇ ਫਰਾਜ਼ ਸਾਹਿਬ ਗੱਲ ਹੈ ਇਹ ਕਿ ਭਾਈ ਇਹ ਗੁਜ਼ਾਰਿਸ਼ ਹੈ ਵੀ ਯਾਰ ਇਹ ਵੀਡੀਓ ਬਣਾਈਏ ਤੁਹਾਨੂੰ ਬੁਲਾਈਦਾ ਬੈਟਰੀ ਮੁੱਕ ਗਈ
ਮਾਸ਼ਾਅੱਲਾ ਜੀ ਜਿਹੜੀ ਖਾਂਗੜ ਝੂਟੀ ਦੋਸਤਾਂ ਨੂੰ ਚੈੱਕ ਕਰਾਈਏ, 6 ਕਿਲੋ ਦੁੱਧ ਸਿਆ ਦੀ ਚੁਆਈ ਹੋ ਰਹੀ ਹੈ ਅਤੇ ਇਹਦਾ ਕਲਿੱਪ ਜਿਹੜਾ ਐਡ ਕਰ ਲੈਣਾ ਮਾਸ਼ਾਅੱਲਾ ਜੀ। ਅਤੇ ਰਾਣਾ ਸਾਹਿਬ ਦੁੱਧ ਦੋਵਾਂ ਟਾਈਮਾਂ ਦਾ ਦੱਸਿਆ 6 ਕਿਲੋ ਮਨਜ਼ੂਰ ਹੋਏ ਅਗਰ ਨਿਕਲ ਆਏ ਤੇ ਦੋਸਤਾਂ ਦੀ ਕਿਸਮਤ ਮਾਸ਼ਾਅੱਲਾ ਜੀ ਵੰਗਾ ਲਾਇਆ ਭਾਈਆ ਨੇ ਚੈੱਕ ਕਰ ਲੈਣਾ ਤੇ ਸਕੂਨ ਨਾਲ ਖਲੋਤੀ ਚਵਾਈ ਦੀ ਹੁੰਦੀ ਹੈ ਬਈ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ ਜੀ। ਪਿਛਲੇ ਤਰ੍ਹਾਂ ਦੀ ਬਈ ਕਰ ਲਈ ਜੇ ਮੈਸ਼ ਕਰਾਣੀ ਹੈ ਜੀ ਨਹੀਂ ਪੈਸੇ ਪੂਸੇ ਅਸੀਂ ਨਹੀਂ ਕਰਾਣੀ ਕੋਈ ਵੀ, ਅਸੀਂ ਸਿਰਫ ਦੁੱਧ ਚਾਹ ਚੈੱਕ ਕਰਾਉਣਾ ਹੈ ਠੀਕ ਹੈ। ਤੇ ਬਾਕੀ ਇਹ ਵੀ ਜਿਹੜੇ ਭਰਾ ਕੋਈ ਜਾਨਵਰ ਲੈ ਕੇ ਜਾਂਦਾ ਤੇ ਜਾ ਕੇ ਥੋੜੀ ਜਿਹੀ ਸੇਵਾ ਵੀ ਕਰਨਾ ਠੀਕ ਹੈ, ਸਾਨੂੰ ਨਾ ਪੈਸੇ ਬਣਾ ਕੇ ਘਰ ਜਾ ਕੇ ਲੱਭੇ ਪੈ ਜਾਣ ਜਿਹਦੇ ਜਾ ਕੇ ਵੱਡਾ ਪਾਲ ਪੱਠੇ ਪਾਲ ਤੇ ਫਿਰ ਦੁੱਧ ਲੈਣ ਹਾਂਜੀ ਆ ਚੈੱਕ ਕਰੋ ਮਾਸ਼ਾਅੱਲਾ ਜੀ 6 ਕਿਲੋ ਤੁਸੀਂ ਆ ਦਿਆ ਜਿਹੜੀ ਚੁਆਈ ਕਰਦੇ ਹੋ ਤੇ ਇੱਕ ਟਾਈਮ ਦਾ ਜੀ ਇਹ ਫਰਾਸਾ ਕਿੰਨੇ ਦੇ ਅੱਗੇ ਪਿੱਛੇ ਦੇ ਹੋਣਾ ਹੀ ਆ ਜੀ ਇਨਸ਼ਾਅੱਲਾ 5 ਵਜੇ ਦੀ ਫਰਾਸ ਸਾਹਿਬ ਸਵੇਰ ਚੁਈ ਜੇ ਮੱਝ ਤੇ ਇਨਸ਼ਾਅੱਲਾ ਫਰਾਸ ਸਾਹਿਬ ਰਿਜ਼ਕ ਲਾਲ ਜੀ ਬਰਕਤ ਹੈ ਹਰਾਮ ਜੀ ਬਰਕਤ ਨਹੀਂ ਕੋਈ ਜੀ ਐਸਾ ਕੋਈ ਮਸਲਾ ਕੋਈ ਕੋਈ ਵੀ ਬਾਲਟੀ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ ਚੁਆਈ ਹੁੰਦੀ ਹੈ ਵੀ ਸੀਲ ਸ਼ਰੀਫ ਝੋਟੀ ਹੈ ਤੇ ਖਾਂਗੜ ਹੈ ਤੇ 6 ਕਿਲੋ ਦੁੱਧ ਦੀ ਗਰੰਟੀ ਇੱਕ ਟਾਈਮ ਦੀ ਚੁਆਈ ਹੁੰਦੀ ਹੈ ਬਈ ਦੋਵਾਂ ਟਾਈਮਾਂ ਦਾ 6 ਕਿਲੋ ਤੋਂ ਸਿਆਦ ਇਨਸ਼ਾਅੱਲਾ ਹੱਸ ਕੇ ਦੋਵਾਂ ਟਾਈਮਾਂ ਦਾ 6 ਕਿਲੋ ਕਰੇ ਜੀ ਮੁਨਾਸਬ ਹੈ ਮਾਲ ਸੇਲ ਕਰਨਾ ਹੈ ਹਫ਼ਤੇ ਇਤਵਾਰ ਨੂੰ ਅੱਲਾ ਖੈਰ ਕਰੇ ਫਿਰ ਮਾਲ ਆ ਜਾਣਾ ਹੈ ਠੀਕ ਹੈ ਤੇ ਰੇਟ ਯਕੀਨ ਜਦੋਂ ਬਿਲਕੁਲ ਪੂਰਾ ਪੂਰਾ ਮੁਨਾਸਬ ਥੋੜ੍ਹਾ ਬੱਚਿਆਂ ਦੀ ਰੋਜ਼ੀ ਰੱਖ ਕੇ ਨਾ ਤੇ ਲਾਏ ਨੇ ਤੇ ਭਰਾ ਵਗੈਰ ਰਿਕੁਐਸਟ ਹੈ ਯਾਰ ਕਿ ਡੰਗਰ ਵੇਖਣ ਤੱਕਣ ਤੇ ਟੋਕਨ ਕਰਾਉਣ ਮੈਨੂੰ ਫੇਰ ਠੀਕ ਹੈ ਟੋਕਨ ਕਰਾ ਕੇ ਬਾਅਦ ਵਿੱਚ ਕਹਿਣਾ ਜੀ ਅੱਬਾ ਨਹੀਂ ਮੰਨਦਾ ਤੇ ਅੱਬਾ ਨਹੀਂ ਮੰਨਦੀ ਪਹਿਲਾਂ ਜਾਨਵਰ ਵੇਖਣ ਤੇ ਉਸ ਤੋਂ ਬਾਅਦ ਮੈਨੂੰ ਮੇਰਾ ਭਰਾ ਟੋਕਨ ਕਰਾ ਠੀਕ ਹੈ ਤੇ ਬਾਕੀ ਇਨਸ਼ਾਅੱਲਾ ਜਿਹੜੀ ਗੱਲ ਦੱਸੀ ਹੈ ਉਹ ਅੱਲਰ ਫਜ਼ਲ ਨਾਲ ਹਰ ਬੰਦਾ ਕਹਿੰਦਾ ਕਿ ਮੈਂ ਸੱਚਾ ਵਾਂ ਤੇ ਮੈਂ ਖੜਾ ਮੇਰਾ ਮਾਲ ਵੇਖੋ ਠੀਕ ਹੈ ਤੇ ਮੇਰਾ ਰੇਟ ਵੇਖੋ ਬਕਾਇਆ ਫੈਸਲਾ ਭਰਾਵਾਂ ਕੋਲ ਤੇ ਭਰਾਵਾਂ ਦੀ ਬੜੀ ਮਿਹਰਬਾਨੀ ਅੱਲਾ ਜੀ ਰਾਣਾ ਸਾਹਿਬ ਬਹੁਤ ਸ਼ੁਕਰੀਆ ਉਮੀਦ ਕਰਨਾ ਦੋਸਤਾਂ ਨੂੰ ਜਿਹੜੀ ਪਸੰਦ ਆਈ ਹੋਏਗੀ ਇਜਾਜ਼ਤ ਚਾਹੁੰਦੇ ਹਾਂ ਅੱਲਾ ਹਾਫਿਜ਼।